ਅਸਲਾਮ ਵਾਲੇਕਮ ਦੋਸਤੋ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੈਦ ਤੇ ਤੁਸੀਂ ਦੇ ਦੇ ਪੇ YouTube ਚੈਨਲ ਸਾਡਾ ਦੇਸ ਪੰਜਾਬ ਟੀਵੀ ਜਿਵੇਂ ਕਿ ਮੈਂ ਰੋਜ਼ ਵੀਰਾਂ ਦੀ ਕੋਸ਼ਿਸ਼ ਕਰਨਾ ਖੂਬਸੂਰਤ ਹੈ ਜਨਾਬ ਅੱਛੀ ਵੀਡੀਓ ਲੈ ਕੇ ਹਾਜ਼ਰਨਾ ਜਨਾਬ ਜਿਹੜੀ ਅੱਜ ਵੀਡੀਓ ਲੈ ਕੇ ਹਾਜ਼ਰ ਹੋਇਆ ਮੇਰੇ ਭਾਈ ਬਾਵਲਪੁਰ ਤੋਂ ਸਾਡੇ ਕੋਲੇ ਪਹੁੰਚੇ ਨੇ ਔਰ ਰਾਤ ਨੂੰ ਮੇਰੇ ਕੋ ਪਹੁੰਚੇ ਸਨ ਕੋਈ ਰਾਤ ਨੂੰ 11 ਵਜੇ ਰਾਤੀ ਸਟੇ ਮੇਰੇ ਕੋ ਕਿਤਾ ਸੀ ਨਹੀਂ ਮੈਂ ਰਾਤ ਨੂੰ ਵੀਡੀਓ ਲਈ ਸੀ ਆਪਣਾ ਜੁਮੇ ਵਾਲੇ ਦਿਨ ਸ਼ਾਮ ਨੂੰ ਲਈ ਸੀ ਅੱਜ ਹਫਤਾ ਹੈ और राती बईरी वीडियो वेख के जानवर आ गए सन और आके चुआई की सुबह फस्ट टाइम मेरे वीर टाइम भी, भी वेखते पेने चुआई की माशाला हूँ घंटा हो गए सुबह फस्ट टाइम की दस गडविया दुधियां दी माशाला माज ने राती अठ दियाँ सन तो और हर चीज़ मेरे वीर सामने और जनाबेली माज से भीडियो पाई सी मेरे वीर पता है जुमे शाम कल ए जनाबेली मगर कटा ਐ ਜਨਾਬ ਤੇ ਬਾਕੀ ਭਾਈ ਹਰਨਤ ਪੁੱਛਾਂਗੇ ਜਦੋਂ ਸਾਡੇ ਕੋਲ ਪਹੁੰਚੇ ਨੇ ਜੋ ਜਾਨਵਰ ਵੇਖਿਆ ਸੀ ਉਹ ਹੀ ਸੀ ਤੇ ਆ ਕੇ ਕਿਵੇਂ ਦਾ ਲੱਗਿਆ ਜੋ ਦੁੱਧ ਵੀਰ ਨੇ ਦੱਸਿਆ ਸੀ ਕੋਈ ਫਰਕ ਤਾਂ ਕੋਈ ਨਹੀਂ ਅਸਲਾਮੁਅਲਿਕਮ ਸਰ ਆ ਜੀ ਵੀਰੇ ਠੀਕ ਠਾਕ ਹੋ ਸਰ ਖੈਰ ਖੀਰਤ ਹੈ ਸਰ ਬਹਾਵਲਪੁਰ ਤੋਂ ਆਇਓ ਸਾਡੇ ਕੋਲੇ ਰਾਤ ਨੂੰ ਜਦੋਂ ਆਪਣਾ ਰਾਪਤ ਹੈ ਤੇ ਆਂਦੇ ਮਾਸ਼ਾਅੱਲਾ ਆਪਾਂ ਸਵੇਰ ਚੋਈ ਕੀਤੀ ਜਾਨਵਰ ਦਾ ਜੋ ਦੁੱਧ ਸੀ ਉਹ ਹੀ ਜਿੰਨਾ ਦੱਸਿਆ ਗਿਆ ਸੀ ਹਾਂਜੀ ਭਾਈ ਨੇ ਕਿਹਾ ਸੀ ਵੀ ਸਵੇਰ 10 ਕਿਲੋ ਆਏਗਾ ਸ਼ਾਮੀ 8 ਕਿਲੋ ਆਏਗਾ ਹਾਂਜੀ ਕਿਲੋ ਆਏਗਾ ਅਲਹਮਦੁਲਿਲਾ ਸਵੇਰ ਚੋਈ ਕੀਤੀ ਦੁੱਧ ਤੇ 10 ਕਿਲੋ ਸੀ ਜੀ ਜੀ ਮਾਸ਼ਾਅੱਲਾ ਸਿੱਕਾਰ ਕੇ ਲਿਆ ਤੇ ਆ ਸਾਡਾ ਕੰਮ ਕਿਹੋ ਜਿਹਾ ਲੱਗਿਆ ਭਾਈ ਮਾਸ਼ਾਅੱਲਾ ਬਹੁਤ ਅੱਛਾ ਲੱਗਿਆ ਭਾਈ ਨੇ ਜਿਹੜੀ ਗੱਲ ਕੀਤੀ 100% ਸਹੀ ਕੀਤੀ ਹੈ ਜੀ ਸ਼ਾਹ ਜੀ ਔਰ ਵੀਰਨ ਕੀ ਮੈਸੇਜ ਦੇਣਾ ਚਾਹੁੰਦੇ ਸ਼ਾਹ ਜੀ ਕਿ ਜਿਹੜੇ ਭਰਾ ਆਪਣੇ ਕੁਲਿਆਣ ਸਾਡੇ ਕੋਲੇ ਕੋਈ ਉਹਨਾਂ ਦਾ ਫਰਾਡ ਜਾਂ ਕੋਈ ਠੱਗੀ ਜਾਂ ਕੋਈ ਮਸਲਾ ਮਸਾਇਲ ਤਾਂ ਨਹੀਂ ਹੋਣ ਲੱਗਾ ਨਹੀਂ ਨਹੀਂ ਅਸੀਂ ਪਹਿਲੇ ਵੀ ਦੋ ਤਿੰਨ ਵਾਰੀ ਲਈ ਹੈ ਮਾਸ਼ਾ ਅੱਲਾਹ ਨੂੰ ਜਿਹੜਾ ਨਾ ਕੋਈ ਤੋਖਾ ਨਹੀਂ ਲੱਗਿਆ ਜੀ ਜੀ ਇਹ ਬੜਾ ਸੁਲਤਾਨਾ ਕੰਮ ਐਵੇਂ ਲੱਭਦੇ ਰਹੀਏ ਉਹਨੂੰ ਵੀ ਤੁਹਾਨੂੰ ਇਹ YouTube ਤੇ ਅਸੀਂ ਦੇਖਿਆ ਸੱਚ ਕੀਤਾ ਭਾਈ ਦਾ ਨਾਮ ਆਇਆ ਉਹਨੇ ਕੋਲ ਪੁੱਛਿਆ ਚੁਆਈ ਉਹਨਾਂ ਨੇ ਲਾਈ ਚੁਆਈ ਅਸੀਂ ਦੇਖੀਏ ਹਾਂਜੀ ਦੂਸਰੀ ਚੁਆਈ ਅਸੀਂ ਰਾਤੀ ਇਹਨਾਂ ਕੋਲ ਆ ਕੇ ਰਹੇ ਹਾਂ ਸਵੇਰ ਕਿਤੇ ਕੀਤੀ ਹੈ ਹਾਂਜੀ ਅਲਹਮਦੁਲਿਲਾ ਸਾਡੀ ਪਸੰਦ ਸਹੀ ਆ ਗਈ ਅਸੀਂ ਲੈ ਚੱਲੇ ਹਾਂ ਬਹਾਪੁਰ ਜੀ ਬੜੀ ਮਿਹਰਬਾਨੀ ਜਨਾਬ ਆਪਾਂ ਆਪਣੇ ਪੈਸੇ ਪੂਰੇ ਕਰ ਲੈਣ ਹਾਂਜੀ ਹ ਦੁਆ ਦੇਣੀ ਕਿ ਅੱਲਾਹ ਤਾਲਾ ਮੇਰੇ ਭਰਾ ਦੇ ਨਸੀਬ ਚ ਕਰੇ ਹਾਂਜੀ ਉਹਨਾਂ ਨੇ ਕਿਉਂਕਿ ਆਪਾਂ ਨੂੰ ਪੈਸੇ ਦਿੱਤੇ ਨੇ ਹਾਂਜੀ ਆਮੀਨ ਆਮੀਨ ਇਹ ਮੇਰੇ ਵੀਰਾਂ ਦੇਖ ਲਿਆ ਜੀ ਅੱਲਾ ਖੈਰ ਸਲਾਮਤ ਵੀਰ ਦੇ ਘਰ ਪਹੁੰਚਾਏ ਔਰ ਅੱਲਾ ਤਾਲਾ ਮੇਰੇ ਵੀਰਾਂ ਦੇ ਨਸੀਬ ਚ ਕਰੇ ਔਰ ਇਹ ਯਾਰ ਪਤਾ ਕੀ ਗੱਲ ਹੈ ਜਿੰਨੇ ਮੇਰੇ ਵੀਰ ਨੇ ਦੁਆ ਜ਼ਰੂਰ ਕਰਨੀ ਦੋਸਤੋ और अल्लाह ताला मेरे भारा के नसीब च करे और खैर सलामती घर जानवर पहुँचे मेरे भाग के और अली अगर वीडियो पसंद आए इन्हें लाइक शेयर कमेंट और चैनल सब्सक्राइब करना नहीं दोस्तों भुलना और आज अच्छी वीडियो ना अपने मेज़बान मोहम्मद जवे दिन इजाजत अला निगवान पाकिस्तान जिंदाबाद